Thank you.
ਤਾਂ ਹੋਵੇ ਤਾਂ ਨੂੰ ਕੋਈ ਮਤਲਬ ਨਹੀਂ ਜਦ ਉਹਦੇ ਹੱਕਾਂ ਦੀ ਗੱਲ ਆਵੇ 144 ਲਗਾਈ ਗਈ ਹੈ ਸਰਕਾਰ ਦੇ ਵੱਲੋਂ ਪਰ ਕਿਸਾਨਾਂ ਦਾ ਕਹਿਣਾ ਹੈ ਪਾਣ ਤੁਸੀਂ ਡੰਡੇ ਮਾਰੋ ਪਾਣ ਤੁਸੀਂ 144 ਲਗਾਓ ਪਾਣ ਤੁਸੀਂ ਪਾਣੀ ਦੇ ਬੁਛਾਲਾ ਕਰੋ ਸਾਡੇ ਹੌਸਲੇ ਪਸਤ ਨਹੀਂ ਹੋਣਗੇ ਅਸੀਂ ਅੱਗੇ ਵਧਦੇ ਰਹਾਂਗੇ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਆਪਣੀ ਗੱਲ ਮਨਵਾਕੇ ਰਹਾਂਗੇ ਕੇਂਦਰ ਸਰਕਾਰ ਨੂੰ ਝੁਕਣਾ ਪਵੇਗਾ ਕੇਂਦਰ ਸਰਕਾਰ ਨੂੰ ਮੰਨਣਾ ਪਵੇਗਾ ਕਿਸਾਨਾਂ ਦਾ ਕਿ ਵੱਖ ਵੱਖ ਤਰ੍ਹਾਂ ਦੇ ਨਾਲ ਕਵਾਇਤਾਂ ਜਾਰੀ ਵੀ ਰਹੀਆਂ ਕੇਂਦਰ ਸਰਕਾਰ ਦੇ ਵੱਲੋਂ ਮਨਾਉਣ ਗਿਆ ਪਰ ਮੀਟਿੰਗਾਂ ਬੇਸਿੱਟਾ ਰਹੀਆਂ ਸਨ ਉਧਰ ਦਾ ਨਤੀਜਾ ਇਹ ਹੋਇਆ ਤੋ ਸਰਕਾਰਾਂ ਨੇ ਮੰਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸਾਨਾਂ ਦੀ ਤਾਂ ਫਿਰ ਕਿਸਾਨ ਤਲੇ ਨਹੀਂ ਕਿਸਾਨ ਅੱਗੇ ਵੱਧ ਰਹੇ ਹੁਣ ਤੁਸੀਂ ਕਹਾਂ ਸ਼ਾਬਾਸ਼